ਬਹੁਤ ਘਟਨਾਕ੍ਰਮ ਚੱਲ ਰਹੇ ਨੇ। ਅੰਮ੍ਰਿਤਪਾਲ ਦਾ ਮੁੱਦਾ ਪੱਕਿਆ ਹੋਇਆ ਹੈ, ਪੱਕਿਆ ਇਸ ਕਰਕੇ ਹੋਇਆ ਕਿਉਂਕਿ ਹਾਲੇ ਤੱਕ ਪ੍ਰਸ਼ਾਸਨ ਵੱਲੋਂ ਕਿਹਾ ਜਾ ਰਿਹਾ ਕਿ ਜੀ ਉਹ ਗ੍ਰਿਫਤ ਤੋਂ ਬਾਹਰ ਹੈ, ਅਸੀਂ ਹਾਲੇ ਉਹਨੂੰ ਪਕੜ ਨਹੀਂ ਪਾਏ, ਉਹ ਫੜਿਆ ਨਹੀਂ ਗਿਆ। ਘਰਦਿਆਂ ਦਾ ਕਹਿਣਾ, ਪ੍ਰਸ਼ੰਸਕਾਂ ਦਾ ਕਹਿਣਾ ਕਿ ਜੀ ਤੁਸੀਂ ਪਕੜ ਲਿਆ ਹੈ, ਤੁਹਾਡੇ ਕੋਲ ਹੈ, ਪੁਲਿਸ ਕੋਲ ਹੈ, ਲੇਕਿਨ ਪੁਲਿਸ ਦੱਸ ਨਹੀਂ ਰਹੀ, ਸ਼ੋਅ ਨਹੀਂ ਕਰ ਰਹੀ। ਪੁਲਿਸ ਨੇ ਇਹੀ ਗੱਲ ਕੱਲ੍ਹ ਹਾਈਕੋਰਟ ਦੇ ਵਿੱਚ ਵੀ ਕਹੀ ਹੈ ਕਿ ਜੀ ਹਾਲੇ ਸਾਡੇ ਕੋਲ ਨਹੀਂ ਪਹੁੰਚਿਆ, ਸਾਡੀ ਗ੍ਰਿਫਤ ਦੇ ਵਿੱਚ ਨਹੀਂ ਆਇਆ ਹੈ ਅੰਮ੍ਰਿਤਪਾਲ ਸਿੰਘ। ਬਹੁਤ ਚੀਜ਼ਾਂ ਨਿਕਲੀਆਂ, ਅੱਜ ਵਿਧਾਨ ਸਭਾ ਸੈਸ਼ਨ ਚੱਲ ਰਿਹਾ, ਉੱਥੇ ਵੀ ਬੜਾ ਰੌਲਾ ਪਾਇਆ। ਵਿਰੋਧੀ ਧਿਰ ਦੇ ਨੇਤਾ, ਕਾਂਗਰਸ ਨੇ, ਅਕਾਲੀ ਦਲ ਨੇ, ਬਾਕੀ ਲੋਕਾਂ ਨੇ ਰੌਲਾ ਪਾਇਆ ਕਿ ਤੁਸੀਂ ਆਪਰੇਸ਼ਨ ਸਹੀ ਨਹੀਂ ਕੀਤਾ। ਇੰਨੀ ਪੁਲਿਸ ਹੋਣ ਦੇ ਬਾਵਜੂਦ, ਇੰਨੀ ਇਨਪੁੱਟ ਹੋਣ ਦੇ ਬਾਵਜੂਦ ਅੰਮ੍ਰਿਤਪਾਲ ਨਿਕਲ ਕਿਵੇਂ ਗਿਆ, ਫੜਿਆ ਕਿਉਂ ਨਹੀਂ ਗਿਆ? ਜੇ ਫੜਿਆ ਗਿਆ ਤਾਂ ਪ੍ਰੋਡਿਊਸ ਕਰੋ। ਜਾਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਜੀ ਉਹਨਾਂ ਦੇ ਘਰੋਂ ਪਕੜ ਲੈਣਾ ਚਾਹੀਦਾ ਸੀ। ਕਾਫੀ ਸਵਾਲ ਚੱਕੇ ਉਹਨਾਂ ਨੇ, ਉਸ ਤੋਂ ਬਾਅਦ ਬਾਹਰ ਆ ਕੇ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਆਓ ਤੁਹਾਨੂੰ ਸੁਣਾਉਂਦੇ ਉਹਨਾਂ ਨੇ ਕੀ ਸਵਾਲ ਚੱਕੇ ਅਤੇ ਫਿਰ ਇਹਦੇ 'ਤੇ ਟਿੱਪਣੀ ਕਰਾਂਗੇ, ਇਹਦੇ ਬਾਰੇ ਤੁਹਾਨੂੰ ਹੋਰ ਡਿਟੇਲ ਦੇਵਾਂਗੇ। ਆਹ ਵੀਡੀਓ ਦੇਖੋ। ਪੁੱਛਿਆ ਭਗਵੰਤ ਮਾਨ ਦੀ ਸਰਕਾਰ ਕੋਲੋਂ ਅਤੇ ਪੁਲਿਸ ਐਡਮਿਨਿਸਟ੍ਰੇਸ਼ਨ ਕੋਲੋਂ ਕਿ ਇੱਕ ਵਿਅਕਤੀ ਅੰਮ੍ਰਿਤਪਾਲ ਸਿੰਘ ਜਿਹਦਾ ਨਾਂ ਉਹਨੂੰ 80,000 ਬੰਦਾ ਪੰਜਾਬ ਪੁਲਿਸ ਦਾ ਕੀ ਗ੍ਰਿਫਤਾਰ ਨਹੀਂ ਕਰ ਸਕਿਆ? ਤੁਸੀਂ ਉਹਦੇ ਸਾਰੇ ਸਾਥੀ ਗ੍ਰਿਫਤਾਰ ਕਰ ਲਏ, ਸਾਰੀਆਂ ਗੱਡੀਆਂ ਜਿਹੜੀਆਂ ਉਹਦੇ ਕੋਲ ਸੀ ਉਹ ਸਾਰੀਆਂ ਇੰਪਾਊਂਡ ਕਰਨੀਆਂ, ਪਕੜਨੀਆਂ। ਐਡੀ ਵੱਡੀ ਫੋਰਸ, ਜਿਹੜਾ ਇੱਕ ਜੁਆਇੰਟ ਆਪਰੇਸ਼ਨ ਸੀ ਨੈਸ਼ਨਲ ਫੋਰਸਿਸ ਦਾ ਅਤੇ ਸਟੇਟ ਪੁਲਿਸ ਦਾ, ਇਸ ਤੋਂ ਵੱਡਾ ਫੇਲਿਅਰ ਕੀ ਹੋ ਸਕਦਾ? ਭਗਵੰਤ ਮਾਨ ਆਪਣੀ ਛਾਤੀ ਥਪਥਪਾਉਂਦਾ ਫਿਰਦਾ? ਭਗਵੰਤ ਮਾਨ ਜੀ ਇਹਦਾ ਜਵਾਬ ਦਿਓ, ਇੱਕ ਵਿਅਕਤੀ ਤੁਹਾਡੀ ਪੁਲਿਸ ਕੋਲੋਂ, ਇਸ ਤੋਂ ਵੱਡਾ ਹਾਈਕੋਰਟ ਨੇ ਵੀ ਗੱਲ ਕਹੀ ਹੈ, ਬਹੁਤ ਵੱਡੇ ਆਨਰੇਬਲ ਹਾਈਕੋਰਟ ਨੇ ਉਹਨਾਂ 'ਤੇ ਇੰਡਾਈਟਮੈਂਟ ਕੀਤੀ ਹੈ, ਗੱਲ ਕਹਿ ਕੇ ਇਟ ਇਜ਼ ਅ ਕੰਪਲੀਟ ਇੰਟੈਲੀਜੈਂਸ ਫੇਲਿਅਰ। ਜੇ ਪਹਿਲੀ ਵਾਰ ਨਹੀਂ ਹੋਇਆ, ਦੂਜੀ ਵਾਰ ਹੋ ਚੁੱਕੀ ਹੈ। ਜਦੋਂ ਫਰਵਰੀ ਦੇ ਮਹੀਨੇ ਵਿੱਚ ਅੰਮ੍ਰਿਤਪਾਲ ਅਤੇ ਉਹਦੇ ਸਾਥੀਆਂ ਨੇ ਅਜਨਾਲਾ ਪੁਲਿਸ ਸਟੇਸ਼ਨ 'ਤੇ ਕਬਜ਼ਾ ਕੀਤਾ ਸੀ, ਇੱਕ ਦਿਨ ਪਹਿਲੇ 24 ਘੰਟੇ ਤਕਰੀਬਨ ਉਹਨੇ ਪਹਿਲੇ ਵਾਰਨਿੰਗ ਦਿੱਤੀ ਸੀ ਅਸੀਂ ਚੱਲੇ ਹਾਂ, ਇਹਨਾਂ ਕੋਲ ਨਹੀਂ ਰੋਕਿਆ ਗਿਆ। ਅੱਜ ਇੱਕ ਮਹੀਨਾ ਹੋ ਚੁੱਕਿਆ ਤਕਰੀਬਨ ਉਸ ਇੰਸੀਡੈਂਟ, ਸਾਡਾ ਮੰਨਣਾ ਇਹਦੇ ਵਿੱਚ ਜਿਹੜੇ ਜੁਆਇੰਟ ਆਪਰੇਸ਼ਨ ਹੋਇਆ ਇਹਦੇ ਵਿੱਚ ਦੋ ਮੋਟਿਵ ਸੀ। ਇੱਕ ਮੋਟਿਵ ਸੀ ਸੈਂਟਰਲ ਗਵਰਨਮੈਂਟ ਦਾ, ਦਿੱਲੀ ਵਾਲੀ ਸਰਕਾਰ, ਵੱਡਾ ਮੋਟਿਵ ਇਹ ਸੀ ਕਿ ਜਿਹੜਾ ਅਡਾਨੀ ਦਾ ਇਸ਼ੂ ਚੱਲ ਰਿਹਾ ਪਾਰਲੀਮੈਂਟ ਦੇ ਵਿੱਚ, ਉਹਦਾ ਧਿਆਨ ਲੋਕਾਂ ਦਾ ਕਿਸੇ ਹੋਰ ਇਸ਼ੂ ਵੱਲ ਡਿਵਰਟ ਕੀਤਾ ਜਾਏ। ਇਹਦੀ ਤਿਆਰੀ ਤਕਰੀਬਨ ਅਸੀਂ ਸਮਝਦੇ ਹਾਂ ਕਈ ਹਫ਼ਤਿਆਂ ਤੋਂ ਚੱਲ ਰਹੀ। ਵੀਡੀਓ ਤੁਸੀਂ ਦੇਖ ਲਈ ਹੈ, ਸਵਾਲ ਸੁਣ ਲਏ ਹੋਣਗੇ। ਇਸੇ ਤਰ੍ਹਾਂ ਦੇ ਸਵਾਲ ਬਹੁਤ ਲੋਕ ਕਰ ਰਹੇ ਨੇ। ਉਹਨਾਂ ਦੇ ਪਿਤਾ ਜੀ, ਅੰਮ੍ਰਿਤਪਾਲ ਸਿੰਘ ਦੇ ਪਿਤਾ ਜੀ ਵੀ ਇਹੀ ਗੱਲ ਕਹਿ ਰਹੇ ਨੇ ਕਿ ਜੀ ਪੁਲਿਸ ਕੋਲ ਹੈ, ਪੁਲਿਸ ਪ੍ਰੋਡਿਊਸ ਨਹੀਂ ਕਰ ਰਹੀ, ਕਿਤੇ ਕੋਈ ਅਨਹੋਨੀ ਨਾ ਹੋ ਜਾਏ, ਸਾਨੂੰ ਡਰ ਹੈ ਕਿਤੇ ਕੋਈ ਐਨਕਾਊਂਟਰ ਨਾ ਹੋ ਜਾਏ, ਸ਼ਾਇਦ ਉਹਨਾਂ ਦਾ ਇਹ ਕਹਿਣਾ। ਹੁਣ ਇਸ ਦੇ ਵਿੱਚ ਕੀ ਗੱਲ ਹੋਈ ਹੈ, ਕਈ ਚੀਜ਼ਾਂ ਜੁੜ ਕੇ ਆ ਰਹੀਆਂ ਨੇ, ਕਿਉਂਕਿ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਨੇ, ਕਈ ਤਰ੍ਹਾਂ ਦੀ ਵੀਡੀਓ ਸਾਹਮਣੇ ਆਈਆਂ, ਉਹਨਾਂ ਦੇ ਚਾਚਾ ਜੀ ਨੇ ਜਦੋਂ ਆਤਮ ਸਮਰਪਣ ਕੀਤਾ ਤਾਂ ਉਹਨਾਂ ਨੇ ਕੁਝ ਗੱਲਾਂ ਦੱਸੀਆਂ, ਆਹ ਵੀ ਸੁਣੋ। ਅਸਲ ਦੇ ਵਿੱਚ ਦੇਖੋ ਜੀ, ਸਾਨੂੰ ਨਹੀਂ ਸੀ ਪਤਾ ਕਿ ਇਹਨਾਂ ਨੇ ਸਾਨੂੰ ਅਰੈਸਟ ਕਰਨਾ। ਅੱਗੇ ਨਾਕੇ ਤੇ ਬਹੁਤ ਫੋਰਸ ਲੱਗੀ ਸੀ, ਇਹਨਾਂ ਨੇ ਟਰੱਕ ਜਿਹਾ ਅੱਗੇ ਲਾਇਆ, ਸਾਨੂੰ ਲੱਗਿਆ ਵੀ ਇਹ ਸਾਨੂੰ ਜਾਣ ਨਹੀਂ ਦੇਣਾ ਚਾਹੁੰਦੇ ਮੁਕਤਸਰ ਸਾਹਿਬ, ਅਸੀਂ ਉੱਥੇ ਜਾਣਾ ਸੀ। ਇੱਕ ਤੇ ਦੋ ਪ੍ਰੋਗਰਾਮ ਸੀ ਤੇ ਕੱਲ ਨੂੰ, ਅੱਜ 19 ਤਰੀਕ, ਅੱਜ ਅਸੀਂ ਵੀ ਚਾਲੂ ਕਰਨੀ ਸੀ ਤੇ ਸਾਨੂੰ ਲੱਗਿਆ ਕਿ ਜਿੱਦਾਂ ਸਿੰਘਾਂ ਵਾਲੇ ਇਹਨਾਂ ਨੇ ਰੋਕਿਆ ਸੀ ਉਸ ਟਾਈਪ ਦਾ ਕੋਈ ਸਾਨੂੰ ਸ਼ਾਇਦ ਕਰਨ ਦਾ ਇਰਾਦਾ ਹੋਊ ਇਹਨਾਂ ਦਾ। ਅਸੀਂ ਗੱਡੀਆਂ ਵਾਪਸ ਲੈ ਲਈਆਂ, ਉਰਲੇ ਬੰਨੇ ਨਾਕਾ ਲੱਗਾ ਸੀ, ਉਰਲੇ ਬੰਨੇ ਨਾਕੇ ਤੇ ਸਾਨੂੰ ਕਿਸੇ ਨੇ ਨੀ ਰੋਕਿਆ। ਸਾਨੂੰ ਉਦੋਂ ਵੀ ਮਹਿਸੂਸ ਹੋਇਆ ਵੀ ਸ਼ਾਇਦ ਇਹ ਸਾਨੂੰ ਵਾਪਸ ਕਰਨਾ ਚਾਹੁੰਦੇ ਆ, ਵੀ ਮਤਲਬ ਉੱਧਰ ਨਾ ਜਾਣ। ਹਾਂਜੀ, ਫਿਰ ਆ ਕੇ ਪੁਲ ਦੇ ਲਾਗੇ ਆ ਕੇ ਅਸੀਂ ਗੱਡੀਆਂ ਖੜੀਆਂ ਕੀਤੀਆਂ, ਗੱਡੀਆਂ ਖੜੀਆਂ ਕਰਕੇ ਮੈਂ ਜਾ ਕੇ ਬਕਾਇਦਾ ਤੌਰ ਤੇ ਅਫਸਰਾਂ ਨਾਲ ਗੱਲ ਕਰਨ ਵਾਸਤੇ ਪੁੱਛੇ ਗਿਆ ਵੀ ਤੁਸੀਂ ਸਾਡੇ ਪਿੱਛਾ ਕਿਉਂ ਕਰ ਰਹੇ, ਕੀ ਗੱਲ ਹੈ? ਪੁਲਿਸ ਸਾਡੇ ਕੋਈ ਅਸੀਂ ਗੱਡੀਆਂ ਰੋਕ ਲਈਆਂ, 2 ਮਿੰਟ ਬਾਅਦ ਪੁਲਿਸ ਪਿੱਛੇ ਆ ਗਈ ਤੇ ਮੈਂ ਦੇਖਿਆ, ਮੈਂ ਕਿਹਾ ਯਾਰ ਤੁਸੀਂ ਕਿਉਂ ਸਾਡੇ ਪਿੱਛਾ ਕਿਉਂ ਕਰ ਰਹੇ? ਉਹਨਾਂ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ, ਨਾ ਮੈਨੂੰ ਕਿਹਾ ਵੀ ਤੁਹਾਨੂੰ ਅਰੈਸਟ ਕਰਨਾ, ਨਾ ਮੈਨੂੰ ਅਰੈਸਟ ਕੀਤਾ ਉਹਨਾਂ ਨੇ ਉਸ ਟਾਈਮ ਦੇ ਉੱਤੇ। ਹੈਂ,
ਕਿਉਂਕਿ ਮੈਂ ਉਹਨਾਂ ਦੀ ਇੱਕ ਫੁੱਟ ਦੀ ਦੂਰੀ ਤੇ ਸਾਂ। ਇਹ ਵੀ ਨੀ ਕਿ ਮੈਂ ਬਹੁਤ ਦੂਰ ਸਾਂ ਤੇ ਉਹਨਾਂ ਨੇ ਦੂਰੋਂ ਗੱਲ ਕਰ ਰਿਹਾ ਸਾਂ ਵੀ ਮੈਂ ਕੋਈ ਇਸ ਟਾਈਪ ਦਾ। ਫਿਰ ਉਹਨਾਂ ਨੇ ਕੋਈ ਗੱਲ ਨਾ ਕੀਤੀ ਤੇ ਮੈਨੂੰ ਲੱਗਿਆ ਵੀ ਯਾਰ ਕਿਉਂ ਕੋਈ ਜ਼ਿਆਦਾ ਫੋਰਸ ਫਾਰਸ ਬਹੁਤ ਚਾਰਜ ਮੈਨੂੰ ਆਈ ਜਾਂਦੀ ਸੀ ਤੇ ਮੈਂ ਕਿਹਾ ਇੱਥੇ ਘੇਰ ਨਾ ਕਹਿੰਦੇ ਅਸੀਂ ਤੂੰ ਚੰਗਾ ਵੀ ਮਤਲਬ ਕੱਲਾ ਕੱਲਾ ਕਰਕੇ ਨਿਕਲ ਜਾਣੇ ਜਿੱਦਾਂ ਦੀ ਬੰਦਾ। ਆਉਂਦਿਆਂ ਨੂੰ ਭਾਈ ਸਾਹਿਬ ਮੇਰੇ ਤੋਂ ਪਹਿਲੋਂ ਮੈਨੂੰ ਨੀ ਪਤਾ ਲੱਗਿਆ ਕਿ ਕਿਹੜੀ ਗੱਡੀ 'ਚ ਗਏ ਨੇ ਉਹ ਜਾਂ ਕਿਸੇ ਮੋਟਰਸਾਈਕਲ ਤੇ ਗਏ ਨੇ, ਉਹ ਮੇਰੇ ਆਉਂਦਿਆਂ ਨੂੰ ਗੱਡੀ 'ਚ ਨਹੀਂ ਸੀ ਆ ਗਏ। ਹੁਣ ਇਹਦੇ ਵਿੱਚ ਚਾਚਾ ਜੀ ਦੱਸ ਰਹੇ ਨੇ ਕਿ ਜੀ ਮੈਂ ਪੁਲਿਸ ਵਾਲਿਆਂ ਕੋਲ ਗਿਆ, ਜਦੋਂ ਗਏ ਜਾਣ ਤੋਂ ਪਹਿਲਾਂ ਉਹ ਮਰਜ਼ੀ ਗੱਡੀ ਦੇ ਵਿੱਚ ਬੈਠੇ ਸੀ, ਅੰਮ੍ਰਿਤਪਾਲ ਸਿੰਘ ਉਹਨਾਂ ਦੇ ਨਾਲ ਸੀ, ਨਾਲ ਡਰਾਈਵਰ ਸੀ। ਉਹ ਉਤਰ ਕੇ ਗਏ, ਜਾ ਕੇ ਉਹਨਾਂ ਨੇ ਪੁਲਿਸ ਵਾਲਿਆਂ ਨੇ ਗੱਲ ਕੀਤੀ, ਪੁਲਿਸ ਵਾਲਿਆਂ ਤੋਂ ਗੱਲ ਕਰਨ ਤੋਂ ਬਾਅਦ ਜਿਵੇਂ ਉਹ ਵਾਪਸ ਆਏ ਉੱਥੇ ਅੰਮ੍ਰਿਤਪਾਲ ਸਿੰਘ ਨਹੀਂ ਸੀ, ਉੱਥੋਂ ਜਾ ਚੁੱਕੇ ਸੀ। ਉਸ ਤੋਂ ਬਾਅਦ ਦੇ ਘਟਨਾਕ੍ਰਮ ਦੇ ਵਿੱਚ ਜੇ ਤੁਸੀਂ ਨਾਲ ਦੀ ਚੱਲਦੀ ਵੀਡੀਓ ਦੇਖੋ, ਇਸ ਵੀਡੀਓ ਦੇ ਵਿੱਚ ਦਿਖ ਰਿਹਾ, ਪਤਾ ਲੱਗ ਰਿਹਾ, ਸ਼ੁਭਾ ਹੋ ਰਿਹਾ ਕਿ ਜੀ ਉਹ ਇੱਕ ਬ੍ਰੀਜ਼ਾ ਗੱਡੀ ਦੇ ਵਿੱਚ ਬੈਠ ਕੇ ਟੋਲ ਨਾਕੇ ਤੋਂ ਟੱਪੇ ਨੇ। ਇਸ ਫੋਟੋ ਦੇ ਵਿੱਚ, ਇਸ ਵੀਡੀਓ ਦੇ ਵਿੱਚ, ਇਸ ਫੋਟੋ ਦੇ ਵਿੱਚ ਤੁਹਾਨੂੰ ਦਿਖ ਰਿਹਾ ਹੋਊਗਾ ਕਿ ਇੱਕ ਸ਼ਖਸ ਜਿਹੜਾ ਅੰਮ੍ਰਿਤਪਾਲ ਵਰਗਾ ਹੈ, ਉਹਨੇ ਕੱਪੜੇ ਬਦਲੇ ਹੋਏ ਨੇ। ਕਿਹਾ ਇਹ ਜਾ ਰਿਹਾ ਕਿ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਥੋੜ੍ਹੀ ਦੂਰ ਜਾ ਕੇ ਗੱਡੀ ਬਦਲੀ ਗਈ, ਨਾਲ ਮੋਟਰਸਾਈਕਲ ਸਵਾਰ ਆਏ, ਉਹਨਾਂ ਨੇ ਕੱਪੜੇ ਵੀ ਲਿਆਂਦੇ। ਇਹਦੇ ਇਸ ਫੋਟੋ ਦੇ ਵਿੱਚ ਗੁਲਾਬੀ ਪੱਗ ਬੰਨੀ ਹੋਈ ਹੈ, ਪੈਂਟ ਸ਼ਰਟ ਪਾਈ ਹੋਈ ਹੈ, ਕੱਪੜੇ ਬਦਲੇ ਗਏ ਨੇ, ਹੁਲੀਆ ਬਦਲਿਆ ਗਿਆ, ਐਨਕ ਵੀ ਲੱਗੀ ਹੋਈ ਹੈ, ਅਤੇ ਕਿਹਾ ਜਾ ਰਿਹਾ ਕਿ ਅੰਮ੍ਰਿਤਪਾਲ ਮੋਟਰਸਾਈਕਲ 'ਤੇ ਬੈਠ ਕੇ ਨਿਕਲ ਗਿਆ। ਹੁਣ ਆਪਾਂ ਸਵਾਲਾਂ ਦੇ ਉੱਤੇ ਆਉਂਦੇ ਹਾਂ। ਇਹ ਸਾਰਾ ਘਟਨਾਕ੍ਰਮ ਸੀ, ਹੁਣ ਸਵਾਲਾਂ ਦੇ ਉੱਤੇ ਆਉਂਦੇ ਹਾਂ। ਹੁਣ ਸਵਾਲ ਚੱਕਿਆ ਗਿਆ ਕਿ ਜੀ ਘਰੋਂ ਕਿਉਂ ਨਹੀਂ ਪਕੜਿਆ ਗਿਆ। ਪੁਲਿਸ ਦਾ ਕਹਿਣਾ ਹੈ ਜੀ ਕਿ 16 ਦੇ ਨੇੜੇ ਤੇੜੇ ਹਥਿਆਰ ਪਕੜੇ ਗਏ ਨੇ ਇਹਨਾਂ ਕੋਲੋਂ, ਜਿਹਦੇ ਵਿੱਚ ਬਹੁਤ ਸਾਰੀਆਂ ਗੋਲੀਆਂ ਵੀ ਸੀ, ਅਸਲਾ ਸੀ, ਮਤਲਬ ਬੁਲੇਟ ਸੀਗੀਆਂ, ਔਰ ਬੁਲੇਟ ਲਿਮਿਟ ਨਾਲੋਂ ਵੱਧ ਰੱਖੀਆਂ ਗਈਆਂ ਸੀ। ਜੇ ਕਿਸੇ ਅਸਲੇ ਦੇ ਨਾਲ 10 ਗੋਲੀਆਂ ਤੁਸੀਂ ਰੱਖ ਸਕਦੇ ਹੋ, ਪਰਮਿਸ਼ਨ ਮੰਗੂ, ਪਰਮਿਸ਼ਨ ਨਾਲ ਤੁਸੀਂ 10 ਗੋਲੀਆਂ ਰੱਖ ਸਕਦੇ ਹੋ, ਉਹਦੀ ਜਗ੍ਹਾ 'ਤੇ 30 ਸੀਗੀਆਂ ਜਾਂ 40 ਸੀਗੀਆਂ ਜਾਂ 20 ਸੀਗੀਆਂ, ਜਿਹਦੇ 'ਚ ਤੁਸੀਂ 30 ਰੱਖ ਸਕਦੇ ਹੋ, 50 ਸੀ, 60 ਸੀ। ਹੁਣ ਇਸ ਹਿਸਾਬ ਨਾਲ ਉਹਨਾਂ ਕੋਲ ਬਹੁਤ ਜ਼ਿਆਦਾ ਅਸਲਾ ਬਾਰੂਦ ਸੀ ਜਿਹੜਾ ਪਕੜਿਆ ਗਿਆ, ਇਲੀਗਲ ਸੀ। ਉਹ ਸਾਰਾ ਅਸਲਾ ਬਾਰੂਦ ਘਰੇ ਵੀ ਸੀ, ਨਾਲ ਬੁਲੇਟ ਪਰੂਫ ਜੈਕਟਾਂ ਵੀ ਮਿਲੀਆਂ ਨੇ ਜਿਹਦੇ ਉੱਤੇ AKF ਲਿਖਿਆ ਹੋਇਆ ਸੀਗਾ। AKF ਵਾਲੇ ਗੱਲ ਕਰਾਂਗੇ, ਉਹ ਬਾਅਦ 'ਚੋਂ ਗੱਲ ਕਰਦੇ ਹਾਂ, ਪਹਿਲਾਂ ਆਪਾਂ ਇਸ 'ਤੇ ਗੱਲ ਕਰੀਏ। ਹੁਣ ਜਿਹੜੀਆਂ ਜੈਕਟਾਂ ਪਕੜੀਆਂ ਗਈਆਂ, ਬੰਦੂਕਾਂ ਪਕੜੀਆਂ ਗਈਆਂ, ਗੋਲੀਆਂ ਪਕੜੀਆਂ ਗਈਆਂ, ਮਤਲਬ 16, ਅਤੇ ਜੇ ਕੋਈ ਮੋਟਾ ਮੋਟਾ ਹਿਸਾਬ ਲਈਏ 1000-2000 ਗੋਲੀ, 16 ਬੰਦੂਕਾਂ, 16 ਅਸਲਿਆਂ ਦੇ ਨਾਲ ਜੇ ਗੋਲੀਆਂ ਲਾਈਆਂ ਜਾਂ ਤਾਂ 1000-2000 ਹੋਣਗੀਆਂ, ਜੇ ਘਰੇ ਉਹਨਾਂ ਨੂੰ ਜਾ ਕੇ ਪਕੜਨ ਦੀ ਕੋਸ਼ਿਸ਼ ਕੀਤੀ ਜਾਂਦੀ ਔਰ ਉੱਥੇ ਰਿਟੈਲੀਏਸ਼ਨ ਹੋ ਜਾਂਦਾ, ਕਿਉਂਕਿ ਬੰਦੂਕਾਂ ਵੀ ਉਹਨਾਂ ਕੋਲ ਸੀ, ਉਹਨਾਂ ਕੋਲ ਜੈਕਟਾਂ ਵੀ ਸੀ ਬੁਲੇਟ ਪਰੂਫ, ਅਤੇ ਜੇ ਰਿਟੈਲੀਏਸ਼ਨ ਹੋ ਜਾਂਦਾ, ਉੱਧਰੋਂ ਪੁਲਿਸ ਕਾਰਵਾਈ ਕਰਦੀ ਤਾਂ 2000-2000 ਗੋਲੀ ਇੱਧਰਲੇ ਪਾਸਿਓਂ ਚੱਲਦੀ ਅਤੇ ਪੁਲਿਸ ਵੱਲੋਂ ਵੀ ਗੋਲੀ ਚਲਾਈ ਜਾਂਦੀ। ਅਤੇ ਜੇ ਇੰਨੀਆਂ ਗੋਲੀਆਂ ਚੱਲਦੀਆਂ ਤਾਂ ਕਿੰਨਾ ਕੁ ਖੂਨ ਖਰਾਬਾ ਹੋ ਸਕਦਾ ਸੀ, ਇਹਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ। ਜੇ ਉਹਨਾਂ ਗੋਲੀਆਂ ਦੇ ਵਿੱਚੋਂ ਜੇ ਕੋਈ ਗੋਲੀ ਘਰੇ ਰੱਖੇ ਸਿਲੰਡਰ ਦੇ ਉੱਤੇ ਲੱਗ ਜਾਂਦੀ, ਕਿਉਂਕਿ ਘਰੇ ਅਮੂਮਨ 1 ਜਾਂ 2 ਸਿਲੰਡਰ, ਗੈਸ ਦੇ ਸਿਲੰਡਰ ਪਏ ਹੁੰਦੇ ਨੇ, ਜੇ ਉਹਨਾਂ ਦੇ ਉੱਤੇ ਉਹ ਗੋਲੀ ਲੱਗ ਜਾਂਦੀ, ਜੋ ਸਿਲੰਡਰ ਫਟ ਜਾਂਦਾ ਤਾਂ ਕਿੰਨਾ ਕੁ ਨੁਕਸਾਨ ਹੋ ਸਕਦਾ ਸੀ, ਕੀ ਕੁਛ ਹੋ ਸਕਦਾ ਸੀ। ਔਰ ਜੇ ਇਹ ਹੁੰਦਾ ਤਾਂ ਫਿਰ ਇਹਨਾਂ ਨੇ ਹੀ ਜਿਹੜੇ ਅੱਜ ਸਵਾਲ ਚੁੱਕ ਰਹੇ ਨੇ, ਸ਼ਾਇਦ ਇਹੀ ਪੁੱਛਦੇ ਕਿ ਤੁਹਾਡੇ ਤੋਂ ਆਪਰੇਸ਼ਨ ਨਹੀਂ ਕੀਤਾ ਗਿਆ, ਤੁਸੀਂ ਐਡਾ ਵੱਡਾ ਕਾਂਡ ਕਰ ਦਿੱਤਾ, ਇੰਨੇ ਲੋਕ ਮਰਵਾ ਦਿੱਤੇ ਗਏ, ਯੇ ਹੋ ਗਿਆ, ਵੋ ਹੋ ਗਿਆ। ਚਲੋ, ਤੁਹਾਨੂੰ ਇਹ ਕਿਵੇਂ ਲੱਗਦਾ ਹੈ ਕਿ ਇਸ ਚੀਜ਼ ਨੂੰ, ਕਿਉਂਕਿ ਇਹ ਸਾਰੀਆਂ ਗੱਲਾਂ ਪ੍ਰਸ਼ਾਸਨ ਕਹਿ ਰਿਹਾ, ਉਹਨਾਂ ਦੇ ਦਿਮਾਗ ਦੇ ਵਿੱਚ ਸਾਨੂੰ ਸੂਤਰਾਂ ਤੋਂ ਪਤਾ ਲੱਗ ਰਹੀਆਂ ਨੇ, ਸਾਨੂੰ ਇਹ ਦੱਸਿਆ ਗਿਆ। ਹੁਣ ਅਗਰ ਇਸ ਚੀਜ਼ ਨੂੰ ਦੇਖਿਆ ਜਾਵੇ ਤਾਂ ਤੁਹਾਨੂੰ ਕੀ ਲੱਗਦਾ ਹੈ ਕਿ ਵਾਕਈ ਉਹਨਾਂ ਨੂੰ ਘਰੋਂ ਪਕੜਿਆ ਜਾਣਾ ਚਾਹੀਦਾ ਸੀ ਜਾਂ ਜਦੋਂ ਘਰੋਂ ਬਾਹਰ ਨਿਕਲੇ ਉਦੋਂ ਉਹਨਾਂ 'ਤੇ ਆਪਰੇਸ਼ਨ ਕਰਨਾ ਚਾਹੀਦਾ ਸੀ? ਕਿਉਂਕਿ ਹਾਲੇ ਤੱਕ ਜੋ ਵੀ ਆਪਰੇਸ਼ਨ ਹੋਇਆ, ਜਿੰਨੇ ਵੀ ਲੋਕ ਪਕੜੇ ਗਏ ਨੇ, ਇੱਕ ਕਤਰਾ ਖੂਨ ਦਾ ਨਹੀਂ ਬਿਹਾ, ਕੋਈ ਗੋਲੀ ਨਹੀਂ ਚੱਲੀ, ਕੋਈ ਵਾਰਦਾਤ ਇਸ ਤਰ੍ਹਾਂ ਦੀ ਅਣਹੋਣੀ ਅਣਸੁਖਾਵੀਂ ਵਾਰਦਾਤ ਹਾਲੇ ਤੱਕ ਨਹੀਂ ਹੋਈ ਹੈ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰਸ਼ਾਸਨ ਕੀ ਕਰ ਰਿਹਾ, ਐਡਮਿਨਿਸਟ੍ਰੇਸ਼ਨ ਕੀ ਕਰ ਰਿਹਾ, ਪੁਲਿਸ ਕੀ ਕਹਿ ਰਹੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਸਿਸਟਮ ਬਾਰੇ, ਹੁਣ ਪ੍ਰਸ਼ਾਸਨ ਕੀ ਕਹਿ ਰਿਹਾ। ਪ੍ਰਸ਼ਾਸਨ ਤਾਂ ਬੜਾ ਕੁਛ ਮੰਨਿਆ, ਕਈ ਅਖਬਾਰਾਂ 'ਚ ਖਬਰਾਂ ਛਪੀਆਂ,
हिंदुस्तान टाइम्स होर भी अखबारों के कई न्यूज़ चैनल बहुत कुछ चला रहे हैं और सारा कुछ अभी इकट्ठा करके लिया अब बारे सारे बारे गल करांगे पूरी डिटेल के गल करांगे। हुण प्रशासन ने जदों अजनाला घटना तो बाद क्या जा रहा है कि जी पूरी रेकी की गई पूरा सिस्टम बनाया गया सारा कुछ इकट्ठा किया गया इस ऑपरेशन करन तो पहला ये ऑपरेशन कदों किया गया जी आप टाइमलाइन देखिए जिवें जी ट्वेंटी खत्म होया नाल दी नाल इस ऑपरेशन शुरू कर दिता गया ऑपरेशन अमृतपाल क्योंकि जी ट्वेंटी वास्ते बहुत देशों के लोग आए हुए सी डेलीगेशन आई हुई सी और अगर यह जहा कुछ उदो हुंदा तां शायद पंजाब की छवि के उत्ते बहुत सदमा पहुँचता छवि ठीक नहीं हुंदी पंजाब की छवि भी खराब हुंदी देश की छवि भी खराब हुंदी। चलो जिवें जी ट्वेंटी खत्म होया नाल दी नाल ही ऑपरेशन नूं अंजाम दिता गया ऑपरेशन नूं अंजाम दिता गया इहदे विच कहा जांदा है कि जी प्रशासन ने शायद एन एस ए आई बी जिन्नियां भी एजेंसियां ने एन एस ए सारिया ने रल के एक सिस्टम बनाया जो सानू पता लग रहा उस सिस्टम दे विच अमृतपाल एंड टीम जिहड़ी उन्हां दी टीम है उन्हां दे साथी उन्हां नूं तीन कैटेगरीज दे विच वंडिया गया। हुण तीन कैटेगरियां कीड़ियां कीड़ियां ने टोटल 538 बंदे चिन्हित किए गए मतलब उन्होंने आइडेंटिफाई किया गया उन्होंने आइडेंटिफाई किया गया लगभग 231 बंदे दसे जा रहे हैं एक कैटेगरी 100 कुछ बंदे एक कैटेगरी 6 बंदे एक कैटेगरी कैटेगरियां कैटेगरियां ने कैटेगरियां ने जी ए बी सी पहला गल करांगे ए कैटेगरी की यह कैटेगरी केड़ी है क्योंकि एक कैटेगरियां ने जी कोई एक क्लासा दे सैक्शन नहीं एक कैटेगरियां ने ए कैटेगरी हुण ए कैटेगरी की किया गया ए कैटेगरी दे विच 100 कुछ बंदे ने जिहड़े ए कैटेगरी दे विच ने ओह जिहड़े बंदे ने ओह बंदे ने जिहड़े अमृतपाल नाल हमेशा रहिंदे सी हर प्रोग्राम दे विच शामिल हुंदे सी या तां ओह नाल जांदे सी या पहलां जा के तैयारियां त्यूरियां करदे सारा कुछ देखदे सी लोकां नूं इकट्ठा करदे सी ओह सारा कुछ प्रचार करदे सी वो सारा प्रोग्राम देखते सी ये वो लोग से जिन्हों जिन्हों के उत्ते नत्थ पाई जा रही है। दूसरी कैटेगरी कैटेगरी बी ए वो कैटेगरी है जिड़ी कि ए के एफ सी ए के एफ मतलब तुसी ए के एफ देखा होगा फोटो दे विच के जी उन्हां दी राइफलां दे उत्ते ए के एफ लिखा हुआ सीगा उन्हां दे गेट दे बाहर अमृतपाल सिंह दे घर दे गेट दे बाहर भी ए के एफ लिखा हुआ सीगा ए के एफ दा मतलब है आनंदपुर खालसा फौज हुणे नाम तो ही पता लग रहा है कि किस तरह की फौज बनाई जा रही सी ये फौज का की काम सी की नहीं सी की उन्हें आने वाले टाइम च करना सी सानू नहीं पता लेकिन प्रशासन का मनना है कि जी ये एक फौज बना रहा सीगा हथियारबंद फौज। हुण वो जिहड़े कैटेगरी दे विच जिहड़े लोग सी वो 200 कुछ लोग ए के एफ कैटेगरी दे विच सी कैटेगरी बी दे विच सी जिहड़े ए के एफ नाल संबंधित सी ये लोग कित्थों आए ने ये लोग वो सी जिहड़े इन्हां दे जिहड़ा ये सिस्टम चला रहे सी नशा छड़ाऊ नशा छड़ा छड़न वास्ते जिहड़े लोग आंदे सी उन्हां दे विच्चों इन्हां लोगों नूं हायर किया जांदा सीगा उन्हां नूं भर्ती किया जांदा सीगा ये वो लोग सी इन्हां नूं हथियारां दी ट्रेनिंग भी कहिंदे जी शायद दित्ती गई या नहीं दित्ती गई अगर फौज बनाई अगर हथियार दित्ते गए होणगे शायद ट्रेनिंग दित्ती होगी सानू नहीं पता लेकिन हथियार भी खरीदे गए ने बुलेट प्रूफ जैकटा भी मिलिया ने हथियार भी मिले ने की तैयारी हो रही सी कुछ नहीं पता ए आंकलन लाया जा रहा है ये चीज़ा कई जा रही ने सारे न्यूज़ चैनल दे विच हर जगह ये चीज़ा आ रही हैं। हुण गल करांगे कैटेगरी सी बारे कैटेगरी सी दे विच 6 लोग सी ए 6 फाइनेंसर सी जिदे विच शायद एक कलसी भी सी जिहड़ा कि गुड़गांव तो पकड़िया गया जिन्हां नूं वो एक फिल्मी कलाकार सी फिल्म प्रोड्यूसर सी इस खिते नाल जुड़िया हुआ सीगा उन्होंने पकड़ा गया उन्होंने उत्ते 35 करोड़ रुपए की ट्रांजैक्शन का कोई हिसाब किताब है कई मोबाइल भी पकड़े गए और कहा जा रहा है कि जी उन्होंने मोबाइल के पाकिस्तान तो कई कॉल्स भी आई हैं। एक हो गया 6 जने से टोटल जी जिहड़ा फाइनेंस का काम करते जो फाइनेंस कंपनियां सी फाइनेंसर सीगे जिहड़ा सारा फाइनेंस देखते सी पैसा कित्थों लेना है कित्थों नहीं लेना बाहरों मंगाना है या अंदरों मंगाना है किहदे तों इकट्ठा करना है कित्थे खर्च करना है की समान खरीदना है सारा काम उन्होंने सी। उन्हां 6 दे विच 2 बहुत वड्डे हवाला कारोबारी सी ये हवाला कारोबारी दसे जा रहे हैं कि जी जलंधर तो सी हुण ये प्लैन सी इन्हां सारयां नूं देखिया जा रहा इन्हां नूं पकड़न की कोशिश की जा रही है इन्हां नूं वॉचिया जा रहा है ये सारी कहानी हाले तक हुई
ਇਹ ਸਾਰੀ ਕਹਾਣੀ ਹੋਣ ਤੋਂ ਬਾਅਦ, ਸਭ ਕੁਛ ਹੋਣ ਤੋਂ ਬਾਅਦ ਆਸਾਮ ਭੇਜ ਦਿੱਤਾ ਗਿਆ ਜਿਹੜੇ ਲੋਕ ਪਕੜੇ ਗਏ। ਹੁਣ ਇਹਨਾਂ ਦੇ ਵਿੱਚ ਇੱਕ ਤੁਸੀਂ ਵੀਡੀਓ ਦੇਖੀ ਹੋਊਗੀ ਜਿਹੜੇ ਕਹਿ ਰਹੇ ਸੀ ਜੇ ਮੈਂ ਖੇਤਰਿਆਂ ਦੇ ਵਿੱਚੋਂ ਭੱਜ ਰਿਹਾ ਹਾਂ ਅਤੇ ਮੈਨੂੰ ਪੁਲਿਸ ਮੇਰੇ ਮਗਰ ਲੱਗੀ ਹੈ, ਮੈਨੂੰ ਪਕੜ ਰਹੀ ਹੈ। ਉਹ ਵੀ ਇੱਕ ਸੀ ਜਿਹੜੇ ਕੁਛ ਟਾਈਮ ਪਹਿਲਾਂ ਇੱਕ ਵੀਡੀਓ ਵੀ ਉਹਨਾਂ ਨੇ ਪਾਈ ਸੀ, ਆਹ ਦੇਖੋ। ਕਦੋਂ ਟਾਈਮ ਪਾਉਣਾ ਹੀ ਆ ਜੀ, ਆ ਜੀ, ਜਦੋਂ ਟਾਈਮ ਪਾਉਣਾ ਹੀ ਆ ਜੀ, ਇਹਨੂੰ ਅਸੀਂ ਦੱਸਾਂਗੇ ਅਸੀਂ ਕੌਣ ਹੁੰਦੇ ਹਾਂ। ਆਪ ਪੱਟਾ ਤੇ ਥਾਪੀਆਂ ਮਾਰਦੇ ਬੰਦੇ ਨੂੰ ਤੁਸੀਂ ਦੇਖ ਲਿਆ ਹੋਊਗਾ। ਉਸ ਤੋਂ ਬਾਅਦ ਤੁਹਾਨੂੰ ਇੱਕ ਵੀਡੀਓ ਹੋਰ ਦਿਖਾਉਂਦੇ ਹਾਂ, ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ ਜਦੋਂ ਉਹਨਾਂ ਨੂੰ ਪਕੜਨ ਵਾਸਤੇ ਆਏ ਸੀ ਜਾਂ ਜਦੋਂ ਉਹਨਾਂ ਨੂੰ ਪਕੜਿਆ ਗਿਆ, ਆਹ ਦੇਖੋ। ਬਾਈ ਪੁਲਿਸ ਲੱਗ ਗਈ ਮਗਰ, ਵੱਧ ਪੁਲਿਸ ਲੱਗ ਗਈ ਮਗਰ, ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਲੱਗ ਗਈ ਪੁਲਿਸ ਮਗਰ। ਉਹ ਵੇਖੋ ਪੁਲਿਸ ਆ ਗਈ ਮੇਰੇ ਮਗਰ, ਉੱਧਰ ਖੇਤਰਾਂ 'ਚ ਖੇਤਰ ਲੱਗ ਗਈ ਮਗਰ। ਉਹ ਵੇਖੋ ਤਿੰਨ ਚਾਰ ਗੱਡੀਆਂ, ਉਹ ਵੇਖੋ ਆਹ ਆ ਗਏ ਜੇ, ਆਹ ਵੇਖੋ ਭੱਜੇ ਆਉਂਦੇ, ਆਹ ਵੇਖੋ ਆਹ ਘੇਰਾ ਪਾਇਆ ਚਾਰੇ ਬੰਨੇ, ਮੇਰੇ ਵੀ ਮਗਰ ਲੱਗ ਗਈ ਏ, ਆਹ ਵੇਖੋ ਆਹ ਵੇਖੋ ਲੱਗ ਗਈ ਪੁਲਿਸ ਮੇਰੇ ਮਗਰ। ਇਹਨੂੰ ਵੱਧ ਤੋਂ ਵੱਧ ਗਰੁੱਪਾਂ 'ਚ ਸੱਟੋ, ਬਹੁਤ ਵੱਡੀ ਗਿਣਤੀ 'ਚ ਦਸ ਆਵੇ, ਦਸ ਬਾਰਾਂ ਗੱਡੀਆਂ ਆਏ, ਆਹ ਵੇਖੋ ਦਸ ਬਾਰਾਂ ਗੱਡੀਆਂ। ਉਹ ਮਗਰ ਮੈਂ ਪੱਠੇ ਵੱਢਣ ਆਇਆ ਸਾਂ, ਮੈਂ ਪੱਠੇ ਵੱਢਣ, ਆਹ ਵੇਖੋ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਗਰੁੱਪਾਂ। ਇਹ ਨੇ ਪ੍ਰਧਾਨ ਮੰਤਰੀ ਬਾਜੇ ਕੇ, ਜਿਹੜਾ ਆਪਦਾ ਨਾਮ, ਆਪਦਾ ਇੱਕ ਸੋਸ਼ਲ ਹੈਂਡਲ ਹੈ ਇਹਨਾਂ ਦਾ, ਫੇਸਬੁੱਕ ਦੇ ਉੱਤੇ ਇਹਨਾਂ ਦੇ ਪੇਜ ਹੈ। ਇੱਕ ਕ੍ਰੀਏਟਰ ਹੁੰਦੇ ਸੀ ਕਿਸੇ ਟਾਈਮ 'ਤੇ, ਪਹਿਲਾਂ ਇਹ ਕੋਨੇ ਮੋਨੇ ਹੁੰਦੇ ਸੀਗੇ, ਉਸ ਤੋਂ ਬਾਅਦ ਇਹਨਾਂ ਨੇ ਇਨਫਲੂਐਂਸ ਦੇ ਵਿੱਚ ਆ ਕੇ ਅੰਮ੍ਰਿਤ ਛਕਿਆ, ਸਾਰਾ ਬਾਨਾ ਪਾਇਆ, ਸਭ ਕੁਝ ਕੀਤਾ ਔਰ ਅੰਮ੍ਰਿਤਪਾਲ ਦੇ ਸਾਥੀ ਬਣ ਗਏ ਜਾਂ ਅੰਮ੍ਰਿਤਪਾਲ ਦੇ ਫੋਲੋਅਰ ਬਣ ਗਏ। ਇਹਨਾਂ ਦਾ ਇਹ ਆਪਦੇ ਆਪ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਦੱਸਦੇ ਨੇ। ਇਹਨਾਂ ਨੂੰ ਵੀ ਆਸਾਮ ਭੇਜ ਦਿੱਤਾ ਗਿਆ, ਜਿਹਦੇ ਪਿੱਛੇ ਲੋਕ ਰੌਲਾ ਪਾ ਰਹੇ ਕਿ ਜੀ ਉਹ ਬੜਾ ਹੀ ਸਿੱਧਾ ਸਾਦਾ ਬੰਦਾ ਸੀਗਾ ਜਿਹਨੂੰ ਜਿਹਦੇ ਉੱਤੇ NSA ਲਾ ਦਿੱਤਾ ਗਿਆ। ਸਹੀ ਲਗਾਇਆ ਗਿਆ, ਨਹੀਂ ਲਗਾਇਆ ਗਿਆ, ਇਹ ਤੁਸੀਂ ਦੇਖੋ, ਤੁਹਾਨੂੰ ਤੁਸੀਂ ਕੀ ਸਮਝਦੇ ਹੋ ਕੀ ਹੈ, ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਜੀ। ਸੋ ਇਹ ਸਾਰਾ ਘਟਨਾਕ੍ਰਮ ਸੀਗਾ, ਹਾਲੇ ਤੱਕ ਅੰਮ੍ਰਿਤਪਾਲ ਫਰਾਰ ਹੈ, ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ, ਸਰਕਾਰਾਂ ਦਾ ਕਹਿਣਾ ਹੈ। ਤੁਹਾਨੂੰ ਕੀ ਲੱਗਦਾ ਹੈ, ਕੀ ਉਹ ਫਰਾਰ ਹੈ ਜਾਂ ਅੰਮ੍ਰਿਤਪਾਲ ਸਿੰਘ ਨੂੰ ਪਕੜ ਲਿਆ ਗਿਆ ਹੈ ਲੇਕਿਨ ਹਾਲੇ ਦੱਸਿਆ ਨਹੀਂ ਜਾ ਰਿਹਾ ਕਿਉਂਕਿ ਉਹਨਾਂ ਤੋਂ ਪੁੱਛਤਾਛ ਹੋ ਰਹੀ ਹੈ, ਜਾਂ ਅੰਮ੍ਰਿਤਪਾਲ ਸਿੰਘ ਕਿਤੇ ਦੇਸ਼ ਛੱਡ ਕੇ ਤਾਂ ਨਹੀਂ ਚਲੇ ਗਏ? ਬਹੁਤ ਕੁਛ ਹੈ, ਬੜੀਆਂ ਅਟਕਲਾਂ ਨੇ, ਜੋ ਵੀ ਰਿਪੋਰਟ ਸਾਨੂੰ ਮਿਲਦੀ ਰਹੂਗੀ ਕਿਉਂਕਿ ਹਾਲੇ ਬਹੁਤ ਕੁਛ ਅੱਗੇ ਹੋਣਾ ਹੈ। ਅਗਲੇ ਮੰਗਲਵਾਰ ਤੱਕ ਕੋਰਟ ਨੇ, ਹਾਈ ਕੋਰਟ ਨੇ ਟਾਈਮ ਦੇ ਦਿੱਤਾ ਹੈ ਕਿ ਸਾਨੂੰ ਦੱਸੋ ਅੰਮ੍ਰਿਤਪਾਲ ਸਿੰਘ ਕਿੱਥੇ ਹੈ, ਕਿਉਂਕਿ ਜਿਹੜੀ ਇੱਕ ਪਟੀਸ਼ਨ ਪਾਈ ਗਈ ਸੀਗੀ ਉਹਨਾਂ ਦੇ ਵਕੀਲ ਵੱਲੋਂ, ਖਾਰਾ ਐਡਵੋਕੇਟ ਖਾਰਾ ਵੱਲੋਂ, ਬਠਿੰਡਾ ਦੇ ਨੇ, ਉਹਨਾਂ ਨੇ ਇੱਕ ਪਟੀਸ਼ਨ ਪਾਈ ਸੀ ਕਿ ਜੀ ਇਹ ਪ੍ਰੋਡਿਊਸ ਨਹੀਂ ਕਰ ਰਹੇ, ਕਿੱਥੇ ਨੇ ਸਾਨੂੰ ਦੱਸੋ। ਉਹ ਸਾਰਾ ਕੁਛ ਹੈ, ਉਹਦੇ ਵਾਸਤੇ ਕੋਰਟ ਨੇ ਕੱਲ੍ਹ ਸ਼ਾਮ ਨੂੰ ਕਿਹਾ ਹੈ ਕਿ ਜੀ ਅਸੀਂ ਤੁਹਾਨੂੰ ਅਗਲੇ ਮੰਗਲਵਾਰ ਤੱਕ ਦਾ ਟਾਈਮ ਦਿੰਦੇ ਹਾਂ, ਸਾਨੂੰ ਦੱਸੋ ਕਿੱਥੇ ਹੈ। ਕਿਉਂਕਿ ਕੋਰਟ ਨੇ ਵੀ ਇਹ ਗੱਲ ਕਹੀ ਹੈ ਕਿ ਇੰਨੇ ਲੋਕ ਹੋਣ ਦੇ ਬਾਵਜੂਦ, ਇੰਨੀ ਪੁਲਿਸ ਪ੍ਰਸ਼ਾਸਨ ਹੋਣ ਦੇ ਬਾਵਜੂਦ ਤੁਹਾਡੇ ਤੋਂ ਬੰਦਾ ਪਕੜਿਆ ਨਹੀਂ ਗਿਆ, ਸਾਨੂੰ ਅਗਲੇ ਮੰਗਲਵਾਰ ਤੱਕ ਕਲੀਅਰ ਕਰੋ। ਸੋ ਇਹ ਹਾਲੇ ਤੱਕ ਦਾ ਸਾਰਾ ਘਟਨਾਕ੍ਰਮ ਸੀਗਾ ਜੀ। ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਹੋਰ ਵੀ ਇਨਫੋਰਮੇਸ਼ਨ ਦਿੰਦੇ ਰਹਾਂਗੇ, ਕ੍ਰੈਡੀਬਲ ਇਨਫੋਰਮੇਸ਼ਨ ਦੇਵਾਂਗੇ, ਸਾਨੂੰ ਜੋ ਪਤਾ ਲੱਗੂ ਤੁਹਾਨੂੰ ਦੱਸਾਂਗੇ। ਸਾਡੇ ਨਾਲ ਜੁੜੇ ਰਹੋ, ਵੀਡੀਓ ਅੱਛੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰ ਦਿਓ, ਸਬਸਕ੍ਰਾਈਬ ਜ਼ਰੂਰ ਕਰ ਦਿਆ ਜੇ ਕਿਉਂਕਿ ਬੜੇ ਲੋਕ ਵੀਡੀਓ ਦੇਖਦੇ ਨੇ, ਸਬਸਕ੍ਰਾਈਬ ਨਹੀਂ ਕਰਦੇ, ਸਬਸਕ੍ਰਾਈਬ ਕਰ ਦੋਗੇ ਤਾਂ ਸਾਨੂੰ ਵੀ ਥੋੜ੍ਹਾ ਵਧੀਆ ਲੱਗਦਾ, ਸਾਡਾ ਵੀ ਚੈਨਲ ਥੋੜ੍ਹਾ ਗਰੋ ਕਰੂਗਾ, ਅਸੀਂ ਤੁਹਾਡੇ ਨਾਲ ਵੀ ਅੱਗੇ ਵਧਾਂਗੇ ਅਤੇ ਤੁਹਾਨੂੰ ਹੋਰ ਇਨਫੋਰਮੇਸ਼ਨ ਲਿਆ ਕੇ ਦੇਵਾਂਗੇ। ਸ਼ੁਕਰੀਆ ਜੀ, ਜਿਉਂਦੇ ਵਸਦੇ ਰਹੋ।